ਲੈ ਜਾ ਛੱਲੀਆਂ ਭਨਾ ਲਈ ਦਾਣੇ ਵੇ ਮਿੱਤਰਾ ਦੂਰ ਦਿਆ ਗੱਡੀਆਂ ਦੇਖ ਲਓ ਪਿੱਛੇ ਵੀ ਕਿੰਨੀਆਂ ਖੜੀਆਂ ਬਾਬਿਓ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੋ ਤੇ ਪ੍ਰੋਗਰਾਮ ਤੇ ਚੱਲਿਆ ਜੀ ਜਲੰਧਰ ਕੋਲ ਪ੍ਰੋਗਰਾਮ ਆ ਲਾਈਵ ਸ਼ੋ ਉਹਦੇ ਵੀ ਵੀਡੀਓ ਪਾਵਾਂਗੇ ਜ਼ਰੂਰ ਅਤੇ ਸਾਥ ਦਿਓ ਜ਼ਰੂਰ। ਗਲ ਵੀ ਖਰਾਬ ਆ ਸੱਚ ਗੋਲੀ ਲੈਣੀ ਆ ਗਲ ਦੀ। ਆਓ ਜੀ ਬਾਬਿਓ ਮਲਸੀਆਂ ਟੱਪ ਗਏ ਹਾਂ ਅਤੇ ਜਿਹੜਾ ਅੱਜ ਆਪਣਾ ਪ੍ਰੋਗਰਾਮ ਆ ਉਹ ਹੈਗਾ ਕਿਹੜਾ ਪਿੰਡ ਕੋਲ ਆ ਨਕੋਦਰ ਕੋਲ ਨਹੀਂ ਨਕੋਦਰ ਤੋਂ ਅੱਗੇ ਕਿਹੜਾ ਆਉਂਦਾ ਉਹ ਨੂਰ ਮਹਿਲ ਕੋਲ ਨੂਰ ਮਹਿਲ ਕੋਲ ਪ੍ਰੋਗਰਾਮ ਹੈ ਅਤੇ 12:30 ਦਾ ਟਾਈਮ ਆ ਅਤੇ ਪਹੁੰਚਣ ਹੀ ਵਾਲੇ ਹਾਂ ਬਸ ਹੁਣ ਤਾਂ ਬਾਈਪਾਸ ਲੰਘ ਜਾਈਦਾ ਹੈ ਨਾ ਅਤੇ ਪਹਿਲਾਂ ਮੇਰੇ ਕੋਲ ਐਂਡੈਵਰ ਫੋਰਡ ਹੁੰਦੀ ਸੀਗੀ ਅਤੇ ਇੱਥੇ ਪੀ ਟੀ ਸੀ ਦਾ ਵਾਰਡ ਸੀਗਾ ਕੋਈ ਜਲੰਧਰ ਫੈਮਿਲੀ ਪਤਾ ਨਹੀਂ 27-28 ਨੂੰ ਮਿਲਿਆ ਸੀਗਾ ਦਮਨ ਵਰਗੇ ਸਾਰੇ ਆਏ ਸੀ ਅਤੇ ਇਸ ਰੋਡ ਦੇ ਉੱਤੇ ਇੱਥੇ ਕਿਤੇ ਜਾ ਕੇ ਨਾ ਇੱਕ ਆਏ ਸੀ ਆਏ ਆ ਬਣਿਆ ਵਾ ਇਹ ਸੜਕ ਦੇ ਉੱਤੇ ਉਹ ਪੁਲ ਭੀੜਾ ਅਤੇ ਗੱਡੀ ਸੌ 'ਤੇ ਜਾਂਦੀ ਵੱਜੀ ਚੈਸੀ ਵਿੰਗੀ ਹੋ ਗਈ ਐਂਡੈਵਰ ਫੋਰਡ ਦੀ ਇੰਨੀ ਜ਼ੋਰ ਨਾਲ ਐਕਸੀਡੈਂਟ ਹੋਇਆ ਇਹਦਾ ਬਿਲਕੁਲ ਹਾਂ ਲਾਡੀ ਸਾਈ ਜੀ ਦੇ ਦਰਗਾਹ ਕੋਲ ਪਹੁੰਚ ਗਿਆ ਡੇਰਾ ਬਾਬਾ ਮਰਾਜ ਸ਼ਾਹ ਹੈ ਨਾ ਤੇ ਲਾਡੀ ਸਾਈ ਜੀ ਇੱਧਰ ਹੈ ਇੱਧਰ ਲਓ ਜੀ ਬਾਬਿਓ ਨੂਰ ਮਹਿਲ ਪਹੁੰਚਣ ਵਾਲੇ ਆ ਜਾਂਦੇ ਨੇ ਪਵਾਇਆ ਪੰਪ ਤੋਂ ਤੇਲ ਅਸ਼ੋਕ ਆਹੋ ਨਿਹਾਲ ਸਿੰਘ ਵਾਲਾ ਨੀ ਨਿਹਾਲ ਸਿੰਘ ਵਾਲਾ ਜੀਰੋ ਕੇ ਚੈੱਕ ਕਰ ਲੈ ਜੀਰੋ ਸੋਹਣੀ ਆ ਸੜਕ ਦੇ ਚਾਰੇ ਪਾਸੇ ਦਰਖਤ ਤੇ ਸੁੱਕਾ ਕਿੰਨਾ ਖੜਾ ਹੈ ਨਾ ਧਰਤੀ ਕਿਤੇ ਕਾਲੀ ਕਿਤੇ ਰੇਤਾ ਅਲੱਗ ਅਲੱਗ ਹਿਸਾਬ ਨਾਲ ਬਣੀ ਗਈ ਕੈਸੀ ਗੱਲ ਹੈ ਨਾ ਖੇਤਾਂ ਦੇ ਵਿੱਚ ਦੀ ਛੱਤ ਪਾਈ ਵੀ ਆ ਵੀ ਗਰਮੀ ਨਾ ਲੱਗੇ ਹੈ ਨਾ ਛੱਤ ਕਿਉਂ ਪਾਈ ਵੀ ਉੱਥੇ ਐਂ ਵੀ ਲੰਘਣ ਵਾਲੇ ਮੁਸਾਫਰ ਗਰਮੀ ਨਾ ਲੱਗੇ ਇਹ ਕਿਹੜੇ ਹਿਸਾਬ ਨਾਲ ਯਾਰ ਉਹ ਆ ਗਿਆ ਸਾਈਆਂ ਜੀ ਦਾ ਡੇਰਾ ਜਿੱਥੇ ਆਪਣਾ ਪ੍ਰੋਗਰਾਮ ਹੈ ਪਹੁੰਚ ਗਏ ਸਾਈਆਂ ਦੇ ਦਰਬਾਰ ਤੇ ਬਾਬਿਓ ਤੇ ਜਦੋਂ ਮਰਜ਼ੀ ਆਓ ਹਸਾਵਾਂਗੇ ਤੇ ਢਿੱਡੀ ਪੀੜਾ ਪਾਵਾਂਗੇ ਤੇ ਨਾਲ ਭੂਟੋ ਨੂੰ ਲਿਆਵਾਂਗੇ
ਜੀ ਔਰ ਸਾਡੇ ਮੰਮਾ ਪਾਜੀ ਸਾਰੀ ਸੰਗਤ ਜਿੰਨੀ ਵੀ ਆਈ ਹੈ ਸਾਰਿਆਂ ਨੂੰ ਪ੍ਰਣਾਮ ਹੈ। ਸਾਈ ਲੋਕ ਬੈਠੇ ਆ ਮੂਹਰੇ, ਅਸੀਂ ਖੁਸ਼ ਨਸੀਬ ਹਾਂ ਕਿ ਸਾਨੂੰ ਇਹਨਾਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਅੱਜ ਮੇਲਾ ਸੀਗਾ ਜੀ, ਅੱਜ ਅਰਦਾਸ ਕਰਕੇ ਆਏ ਆ ਕਿ ਸਾਡੇ ਸਿੱਧੂ ਮੂਸੇ ਵਾਲੇ ਵੀਰ ਨੂੰ ਇਨਸਾਫ ਇਨਸਾਫ ਦਿਵਾ ਦੇ ਪੀਰਾ। ਨੇਰੀ ਆ ਗਈ ਬਾਬਿਓ, ਗਰਦਾ ਗੋਰ ਹੁੰਦੀ ਤੁਰੀ ਜਾਂਦੀ ਆ, ਗਰਦਾ ਗੋਰ ਹੋ ਗਈ ਬਾਬਲਾ, ਗਰਦਾ ਗੋਰ ਤੇਰੀ ਭੈਣ ਦੀ ਬੱਚਾ। ਦਰਖਤ ਪੜ ਪੜ ਸੜ ਤੇ ਬਾਬਿਓ, ਅੱਜ ਓਦੇ ਵੀ ਵੀਡੀਓ ਪਾਈ ਸੀ ਆਪਾਂ, ਤੇ ਅੱਜ ਫੇਰ ਬਾਬਿਓ ਸਿਰੇ ਵੱਡੇ ਵੱਡੇ ਦਰਖਤ ਪੜ ਪੜ ਅੱਜ ਸਿਰ ਤੇ ਆਵੇ, ਇੱਥੋਂ ਵੀ ਪੱਟ ਕੇ ਗਿਆ। ਅੱਛਾ ਨੂਰ ਮਹਿਲ ਕੋਲੇ ਆ, ਇਸ ਵਕਤ ਨੂਰ ਮਹਿਲ ਕੋਲੇ ਆ ਬਾਬਿਓ, ਤੇ ਬਾਰਿਸ਼ ਦਿਖਾਉਂਦੇ ਆ ਤੁਹਾਨੂੰ, ਸਾਰੀਆਂ ਗੱਡੀਆਂ ਖੜ ਚੁੱਕੀਆਂ, ਤੂਫਾਨ ਏਡਾ ਭਾਰਾ ਆਇਆ। ਉਹਦੇ ਅਮੀਰਗੜ੍ਹ ਸੀ, ਕੀ ਕਹਿਣਾ ਚਾਹੁੰਦੀ ਆ ਅਸੀਂ? ਮੈਨੂੰ ਤਾਂ ਡਰ ਲੱਗੀ ਜਾਂਦਾ ਉਹ ਦਰਖਤ ਦੇਖ, ਸੁੱਕੇ ਜੇ ਵੱਲ ਦੇਖੀ ਆ। ਆ ਦਿਖਾਉਂਦੇ ਆ ਬਾਬਿਓ, ਕਿਹੜਾ ਉਹ ਦੇਖ, ਆ ਵੀ ਸਪੈਦਾ ਕਰਨੇ ਆ ਗੱਡੀ, ਤੇਰਾ ਭਲਾ ਹੋਵੇ। ਗੱਡੀਆਂ ਦੇਖ ਲਓ ਪਿੱਛੇ ਵੀ ਕਿੰਨੀਆਂ ਖੜੀਆਂ ਬਾਬਿਓ, ਤਾਂ ਮੂਰੇ ਵੀ ਉਹ ਜੀ ਅੱਧਾ ਘੰਟਾ ਲੱਗ ਗਿਆ ਆਪਾਂ ਨੂੰ ਪੂਰਾ, ਹੁਣ ਚੜ ਗਏ ਬੱਸ 'ਚ ਭੱਜ ਗਏ, ਦੇਖੀ ਹੁਣ ਪਿਛਲੇ ਮੂਹਰਲੇ ਕਹੇ ਭੱਜਦੇ ਪਿਛਲੇ, ਹਾਂ ਅੱਧਾ ਘੰਟਾ ਲੱਗ ਗਿਆ ਆਪਾਂ ਨੂੰ ਪੂਰਾ, ਅੱਧਾ ਘੰਟਾ ਲੱਗ ਗਿਆ ਦੇਖੀ ਹੁਣ ਪਿਛਲੇ, ਉਹ ਕੱਢ ਲੀਆਂ ਕੱਢ ਲੀਆਂ। ਇੱਕ ਬੜਾ ਵੱਡਾ ਤੂਫਾਨ ਸੀ, ਦੇਖ ਲਓ ਦਰਖਤ ਜੂਨ ਦਾ ਮਹੀਨਾ ਤੇ 14 ਤਰੀਕ 2023 ਗੰਦੇ ਨਾਲੇ ਬਣ ਗਏ, ਇੰਨਾ ਗੰਦਾ ਫੈਕਟਰੀਆਂ ਦਾ ਪਾਣੀ, ਗੰਦੇ ਨਾਲੇ ਪੈ ਕੇ ਕਿਤੇ ਦਰਿਆ ਪਾਣੀ ਸਾਫ ਸੁਥਰਾ ਹੁੰਦਾ ਸੀ। ਇਹ ਜੀ ਖਾੜੇ ਵਾਲੀ ਨਹਿਰ, ਲੈ ਜਾ ਛੱਲੀਆਂ ਭੁਨਾ ਲਈ ਦਾਣੇ ਵੇ ਮਿੱਤਰਾ ਦੂਰ ਦਿਆ।